ਕਿਤੇ ਨਾ ਕਿਤੇ ਨਾ ਫੈਮਲੀਆਂ ਦੇ ਵਿੱਚ ਵੀ ਇਹੀ ਹੁੰਦਾ ਹੈ ਕਿ ਮਾਈਂਡ ਤੇ ਬ੍ਰੇਨ ਆਪਸ ਦੇ ਵਿੱਚ ਬੈਸ ਚਲਦੀ ਰਹਿੰਦੀ ਹੈ ਜਿਵੇਂ ਹੁਣ ਅਸੀਂ ਗੱਲ ਕਰ ਰਹੇ ਆ ਨਾ ਤੇ ਐਸੇ ਲਈ ਗੱਲ ਬੜੀ ਸੱਚੀ ਸੂਚੀ ਜੀ ਲੱਗਦੀ ਹੈ ਪਰ ਹੋ ਸਕਦਾ ਹੈ ਅੱਧੇ ਘੰਟੇ ਤੱਕ ਦਿਮਾਗ ਫਿਰ ਹਾਵੀ ਹੋ ਜੇ ਉਹ ਫਿਰ ਕਹਿ ਵੀ ਇਹ ਸਭ ਫਜ਼ੂਲ ਹੈ ਕੋਈ ਗੱਲ ਨਹੀਂ ਇੰਨੀ ਕੋਣ ਮਿਹਨਤ ਕਰੇ ਇਹ ਕੀ ਸਾਰੀ ਉਮਰ ਦਾ ਕੋ ਵਕਤ ਪਾ ਲੇ ਕਿਉਂਕਿ ਬ੍ਰੇਨ ਹੈ ਨਾ ਬ੍ਰੇਨ ਐਟ ਐ ਸੌਕੇਤ ਨਹੀਂ ਚਟੇਗਾ ਉਹ ਪਿੱਛੋਂ ਮੈਸੇਜ ਭੇਜੇਗਾ ਉਹ ਲਾਓ ਬੰਦਾ ਸੀ ਸਾਡੇ ਪਿੰਡ ਦੇ ਵਿੱਚ ਉਨੇ ਇੱਕ ਵਾਰੀ ਕਿਹਾ ਸੌ ਖਾਦੀ ਉਸ ਤੋਂ ਬਾਅਦ ਉਹਨੇ ਛੱਡਤਾ ਮਤਲਬ ਇਹੋ ਜੇ ਕਈ ਬ੍ਰੇਨ ਹੈ ਇਹੋ ਜੇ ਉਹ ਕਹਿੰਦੇ ਨੇ ਜੀ ਇਹੋ ਜੇ ਮੈਸੇजेस ਪਾਏਗਾ ਜਿਹੜੇ ਡਿਸੈਪਟਿਵ ਹੋਣਗੇ ਡਿਸੈਪਟਿਵ ਮਤਲਬ ਹੋਣਗੇ ਜਿਨ੍ਹਾਂ ਦੇ ਵਿੱਚ ਝੂਠ ਹੀ ਝੂਠ ਹੋਏਗਾ ਪਰ ਉਹ ਸਾਨੂੰ ਸੱਚੇ ਲੱਗਣਗੇ ਉਸ ਵੇਲੇ ਕਿਉਂਕਿ ਬ੍ਰੇਨ ਬਹੁਤ ਮਤਲਬ ਜ਼ੋਰ ਵਾਲਾ ਚੀਜ਼ ਹੈ ਜਦੋਂ ਉਹ ਕੋਈ ਮੈਸੇਜ ਭੇਜਦਾ ਹੈ ਨਾ ਤੇ ਮਾਈਂਡ ਦੀ ਮਜਾਲ ਨਹੀਂ ਹੁੰਦੀ ਕਿ ਉਹਨੂੰ ਉਹਦੇ ਨਾਲ ਬਹਿਸ ਕਰ ਸਕੇ ਜਾਂ ਉਹਦੇ ਨਾਲ ਕੋਈ ਯਾ ਰੱਖ ਸਕੇ ਆਪਣਾ ਪੁਆਇੰਟ ਆਫ ਥਿਊ ਰੱਖ ਸਕੇ ਮਾਈਂਡ ਨੂੰ ਇੱਕ ਪਾਸੇ ਐਡਾ ਤੱਕਾ ਲੱਗਦਾ ਕਿ ਮਾਈਂਡ ਇੱਕ ਪਾਸੇ ਹੋ ਕੇ ਬਹਿ ਜਾਂਦਾ ਹੈ ਭਾਵੇਂ ਅਸੀਂ ਜਿੰਨੀਆਂ ਮਰਜੀ ਗੱਲਾਂ ਸੁਣ ਲਈਏ ਸੋ ਇਹਦਾ ਇੱਕੋ ਹੀ ਤਰੀਕਾ ਹੈ ਮਾਈਂਡ ਨੂੰ ਤੁਸੀਂ ਆਪਣੇ ਨੂੰ ਤਕੜਾ ਰੱਖਣਾ ਹੈ ਐਂਡ ਮਾਈਂਡ ਨੂੰ ਇੰਨਾ ਕੋ ਤਕੜਾ ਰੱਖਣਾ ਹੈ ਕਿ ਮਾਈਂਡ ਬ੍ਰੇਨ ਦੇ ਪਿੱਛੇ ਨਾ ਲੱਗੇ ਮਾਈਂਡ ਬ੍ਰੇਨ ਨੂੰ ਆਪਣੇ ਪਿੱਛੇ ਲਾਏ ਇਹਦਾ ਇੱਕ ਬੜਾ ਸੁਨਹਿਰੀ ਜਿਹਾ ਤਰੀਕਾ ਹੈਗਾ ਕਿ ਹਰ ਵੇਲੇ ਮਾਈਂਡ ਨੂੰ ਇੱਕ ਫਰੈਸ਼ ਤੇ ਨਵੀਂ ਤੇ ਫਾਇਦੇਮੰਦ ਇਨਫੋਰਮੇਸ਼ਨ ਦਿਓ ਫਰੈਸ਼ ਨਵੀਂ ਇੱਕ ਇਨਫੋਰਮੇਸ਼ਨ ਮਤਲਬ ਇੱਕ ਇਹੋ ਜੀ ਐਜੂਕੇਸ਼ਨ ਜਿਹੜੀ ਕਿ ਸਾਡੀ ਫਾਇਦੇ ਵਾਸਤੇ ਹੋਵੇ ਕੌਨਸ਼ੀਅਸ ਲਾਈਫ ਜਿਹੜੀ ਕੌਨਸ਼ੀਅਸ ਲਾਈਫ ਕੌਨਸ਼ੀਅਸ ਦਾ ਮਤਲਬ ਹੁੰਦਾ ਹਰ ਚੀਜ਼ ਸੋਚ ਸਮਝ ਕੇ ਹਰ ਗੱਲ ਸੋਚ ਸਮਝ ਕੇ ਹੁਣ ਉਹ ਜਿਹੜੇ ਕੌਨਸ਼ੀਅਸ ਇਨਪੁਟ ਅਸੀਂ ਦੇਾਂਗੇ ਫਿਰ ਇੱਥੇ ਨਹੀਂ ਕੰਮ ਖਤਮ ਹੁੰਦਾ ਫਿਰ ਨੂੰ ਰਿਪੀਟ ਕਰਨਾ ਹੁੰਦਾ ਦੋ ਚੀਜ਼ਾਂ ਚਾਹੀਦੀਆਂ ਸਾਡੀ ਮਾਈਂਡ ਨੂੰ ਤਗੜਾ ਕਰਨ ਵਾਸਤੇ ਇੱਕ ਤੇ ਵਧੀਆ ਇਨਫੋਰਮੇਸ਼ਨ ਤੇ ਦੂਸਰਾ ਉਹਦੀ ਰੈਪਿਟੇਸ਼ਨ ਬਸ ਜੇ ਤੁਸੀਂ ਇਹ ਦੋ ਚੀਜ਼ਾਂ ਕਰੀ ਜੋਗੇ ਨਾ ਤੇ ਤੁਹਾਡਾ ਮਾਈਂਡ ਜਦੋਂ ਵੀ ਪਿੱਛੇ ਰਹਿਣ ਲੱਗੇਗਾ ਨਾ ਬ੍ਰੇਨ ਤੋਂ ਉਹ ਫਟਾਫਟ ਫਿਰ ਬ੍ਰੇਨ ਤੋਂ ਅੱਗੇ ਲੰਘੇ ਤੁਸੀਂ ਰਿਅਲਾਈਜ਼ ਕਰੋਗੇ ਕਿ ਇੱਕ ਦਿਨ ਹੁਣ ਤੁਹਾਨੂੰ ਇੱਕ ਹਰ ਵੇਲੇ ਨਵੀਂ ਇਨਫੋਰਮੇਸ਼ਨ ਹਰ ਵੇਲੇ ਉਸ ਜਿਹੜੀ ਪੁਰਾਣੀ ਇਨਫੋਰਮੇਸ਼ਨ ਨੂੰ ਨੂੰ ਰਿਪੀਟ ਕਰਨ ਦੀ ਇਕ ਚਾਰਜ ਆ ਚੜਿਆ ਰਹੇਗਾ ਕਿਉਂਕਿ ਤੁਹਾਨੂੰ ਹੁਣ ਪਤਾ ਲੱਗ ਗਿਆ ਹੈ ਕਿ ਜੇ ਮਾਈਂਡ ਅੱਗੇ ਹੁੰਦਾ ਤਾਂ ਕਿੰਨੇ ਫਾਇਦੇ ਹੁੰਦੇ ਆ ਤੇ ਜੇ ਬ੍ਰੇਨ ਅੱਗੇ ਲੰਘਦਾ ਤਾਂ ਕਿੰਨੇ ਨੁਕਸਾਨ ਹੁੰਦੇ ਆ ਫਿਰ ਤੁਸੀਂ ਹਰ ਵੇਲੇ ਉਸ ਤਾਂਗ ਤੇ ਰਹੋਗੇ ਕਿ ਹਾਂ ਚਲੋ ਅੱਜ ਸੁਣੀਏ ਅੱਜ ਕੀ ਇਨਫੋਰਮੇਸ਼ਨ ਅੱਜ ਕੀ ਇਨਫੋਰਮੇਸ਼ਨ ਹੈ ਜਾਂ ਤੇ ਉਹ ਨਵੀਂ ਹੋਏਗੀ ਜਾਂ ਸਾਨੂੰ ਵੈਸੇ ਹੀ ਇੰਨਾ ਚਾਹ ਹੋਏਗਾ ਕਿ ਉਹ ਨਵੀਂ ਲੱਗੇਗੀ ਨਵੀਂ ਲੱਗੇਗੀ ਲੱਗੇਗੀ ਕਿਉਂਕਿ ਤੁਹਾਡੇ ਆਪਣੇ ਐਕਸਪੀਰੀਅੰਸ ਦੇ ਨਾਲ ਉਹ ਇਨਫੋਰਮੇਸ਼ਨ ਜੁੜੇਗੀ ਤਾਂ ਹੀ ਤੁਹਾਨੂੰ ਉਸ ਚੰਗੀ ਲੱਗੇਗੀ ਨਾ ਕਿ ਤੁਹਾਡੀ ਜ਼ਿੰਦਗੀ ਚ ਇਹੋ ਜਿਹਾ ਕੁਝ ਹੋਇਆ ਹੈ ਜਾਂ ਤੁਸੀਂ ਆਸ-ਪਾਸ ਦੇਖਿਆ ਕਿ ਕਿਸੇ ਦੇ ਨਾਲ ਇਹੋ ਜਿਹੀ ਕੋਈ ਚੀਜ਼ ਹੋਈ ਹੈ ਫਿਰ ਤੁਹਾਨੂੰ ਚੰਗੀ ਲੱਗਦੀ ਹੈ ਨਾ ਚੀਜ਼ ਤੁਸੀਂ ਐਕਸਪੀਰੀਅੰਸ ਕੀਤਾ ਹੁੰਦਾ ਹੁਣ ਜਿਹੜੀ ਪੇਨ ਦੀ ਗੱਲ ਤੁਸੀਂ ਕਰ ਰਹੇ ਹੋ ਸਾਰਿਆਂ ਨੇ ਉਹ ਪੇਨ ਐਕਸਪੀਰੀਅੰਸ ਕੀਤੀ ਹੈ ਜਿਹੜਾ ਤੁਸੀਂ ਰੋ ਰਹੇ ਹੋ ਕ੍ਰਾਈ ਕਰ ਰਹੇ ਹੋ ਇਹੋ ਜਿਹਾ ਸਭ ਰੋਇਆ ਇਹਦਾ ਮਤਲਬ ਹੈ ਕਿ ਸਾਰਿਆਂ ਨੂੰ ਇਹ ਇਨਫੋਰਮੇਸ਼ਨ ਜਿਹੜੀ ਹੈ ਪ੍ਰੋਸੈਸ ਹੋ ਗਈ ਹੁਣ ਇਹ ਇਨਫੋਰਮੇਸ਼ਨ ਰਿਪੀਟ ਹੁੰਦੀ ਹੈ ਫਿਰ ਹਰ ਰੋਜ਼ ਕਿੰਨੀ ਵਾਰੀ ਉਹ ਇਨਫੋਰਮੇਸ਼ਨ ਰਿਪੀਟ ਕਰਦੇ ਆਂ ਬਸ ਇਹ ਦੋ ਚੀਜ਼ਾਂ ਜੇ ਮਾਈਂਡ ਨੂੰ ਮਿਲਦੀਆਂ ਨੇ ਨਾ ਇਹ ਮਾਈਂਡ ਦੀ ਖੁਰਾਕ ਹੈ ਜਦੋਂ ਅਸੀਂ ਨਵੀਂ ਇਨਫੋਰਮੇਸ਼ਨ ਪਾਣੀ ਰੋਕਦੇ ਆਂਗੇ ਤਾਂ ਵੀ ਮਾਈਂਡ ਪਿੱਛੇ ਰਹਿ ਜਾਏਗਾ ਤੇ ਜੇ ਅਸੀਂ ਰੈਪਿਟੇਸ਼ਨ ਬੰਦ ਕਰਦੇ ਆਂਗੇ ਤਾਂ ਵੀ ਮਾਈਂਡ ਪਿੱਛੇ ਰਹਿ ਜਾਏਗਾ ਸੋ ਜਦੋਂ ਅਸੀਂ ਇੱਥੇ ਬੈਠਦੇ ਆਂ ਅਸੀਂ ਦੇਖੋ ਕਿੰਨੀਆਂ ਚੀਜ਼ਾਂ ਕਰ ਰਹੇ ਆਂ ਪਹਿਲਾਂ ਤਾਂ ਅਸੀਂ ਉਹਨਾਂ ਲੋਕਾਂ 'ਚ ਬੈਠੇ ਆਂ ਜਿੱਥੇ ਸਾਨੂੰ ਸ਼ਰਮ ਨਾ ਆਏ ਮਤਲਬ ਸ਼ਰਮ ਇਸ ਬਿਮਾਰੀ ਦਾ ਇੱਕ ਸਭ ਤੋਂ ਵੱਡਾ ਦੁਸ਼ਮਣ ਹੈ ਜਦੋਂ ਇਨਸਾਨ ਨੂੰ ਪਤਾ ਲੱਗਦਾ ਨਾ ਕਿ ਉਹਦੇ ਘਰ 'ਚੇ ਬਿਮਾਰੀ ਆ ਗਈ ਉਹਦੀ ਸ਼ਰਮ ਉਹਨੂੰ ਇਸ ਬਿਮਾਰੀ ਨੂੰ ਸਵੀਕਾਰ ਨਹੀਂ ਕਰਨ ਦਿੰਦੀ ਤੇ ਹੈਲਪ ਵੀ ਨਹੀਂ ਮੰਗਣ ਦਿੰਦੀ ਤੇ ਇਲਾਜ ਵੀ ਨਹੀਂ ਕਰਾਣ ਦਿੰਦੀ ਪਰ ਅਸੀਂ ਜਦੋਂ ਬਾਹਰ ਲੋਕਾਂ ਨਾਲ ਗੱਲ ਕਰਦੇ ਆ ਨਾ ਤੇ ਉਹ ਸਾਡੇ ਵੱਲ ਡਿਫਰੈਂਟ ਨਜ਼ਰੀਆਂ ਨਾਲ ਦੇਖਦੇ ਆ ਡਿਫਰੈਂਟ ਨਜ਼ਰਾਂ ਨਾਲ ਦੇਖਦੇ ਆ ਸਾਨੂੰ ਉਹਨਾਂ ਦੇ ਸਾਹਮਣੇ ਗੱਲ ਕਰਦਿਆਂ ਵੀ ਸ਼ਰਮ ਆਉਂਦੀ ਹੈ ਪਰ ਜਦੋਂ ਅਸੀਂ ਇੱਥੇ ਆਨੇ ਆ ਮੀਟਿੰਗ 'ਚ ਬੈਠਦੇ ਆ ਨਾ ਸਾਡੀ ਉਹ ਸ਼ਰਮ ਜਿਹੜੀ ਹੈ ਖਤਮ ਹੋ ਜਾਂਦੀ ਕਿਉਂਕਿ ਸਾਰੇ ਹੀ ਸੱਚੇ ਖੱਬੇ ਸਾਡੇ ਨਾਲ ਦੇ ਬੰਦੇ ਬੈਠੇ ਹੁੰਦੇ ਆ ਅਨ ਸਾਰੇ ਇਸ ਦੁੱਖ ਤਕਲੀਫ ਚ ਲੰਘ ਰਹੇ ਹੁੰਦੇ ਕੋਈ ਚਾਰ ਲੱਕਾ ਦਮ ਅੱਗੇ ਹੁੰਦਾ ਕੋਈ ਚਾਰ ਕਦਮ ਪਿੱਛੇ ਹੁੰਦਾ ਸੋ ਇਹ ਇੱਕ ਇਹੋ ਜੀ ਜਗ੍ਹਾ ਹੈ ਜਿੱਥੇ ਕੇਸ਼ ਸਾਡੀ ਸ਼ਰਮ ਜਿਹੜੀ ਹੈ ਨਾ ਉਹ ਇੱਕ ਰੁਕਾਵਟ ਹੁੰਦੀ ਹੈ ਉਹ ਰੁਕਾਵਟ ਜਦੋਂ हट ਜਾਂਦੀ ਹੈ ਨਾ ਫਿਰ ਬੰਦਾ ਖੁੱਲ ਕੇ ਗੱਲਾਂ ਕਰਨ ਲੱਗ ਪੈਂਦਾ ਜਦੋਂ ਖੁੱਲ ਕੇ ਗੱਲਾਂ ਕਰਦਾ ਹੈ ਨਾ ਤੇ ਫਿਰ ਉਹਨੂੰ ਲੱਗਦਾ ਹੈ ਵੀ ਇਹ ਤੇ ਲੋਕੀ ਵੀ ਉਹਦੇ ਨਾਲ ਉਸ ਤਰ੍ਹਾਂ ਹੀ ਗੱਲਾਂ ਕਰਦੇ ਆ ਫਿਰ ਤੁਹਾਡੇ ਨਾਲ ਕੁਝ ਇਹੋ ਜਿਹੇ ਚਿਹਰੇ ਕੁਝ ਬੰਦੇ ਜੁੜ ਜਾਂਦੇ ਆ ਜਿੱਥੇ ਤੁਸੀਂ ਉਹ ਜਿਹੇ ਗੱਲਾਂ ਕਰਨ ਡੱਕ ਪੈਂਦੇ ਹੋ ਆਪਣੇ ਬਾਰੇ ਜਿਹੜੀਆਂ ਤੁਸੀਂ ਕਦੀ ਵੀ ਨਹੀਂ ਪਿੱਛੇ ਕੀਤੀਆਂ ਹੁੰਦੀਆਂ। ਸੋ ਇਹ ਇੱਕ ਇਹੋ ਜਿਹਾ ਪਲੇਟਫਾਰਮ ਹੈ ਜਿਸ ਤਰ੍ਹਾਂ ਤੁਸੀਂ ਕੁਐਸਚਨ ਪੁੱਛਦੇ ਹੋ ਜਿਸ ਤਰ੍ਹਾਂ ਅਸੀਂ ਡਿਸਕਸ ਕਰਦੇ ਹੋ ਇਸ ਤਰ੍ਹਾਂ ਹੀ ਸਾਡਾ ਰੀਹੈਬ ਦੇ ਵਿੱਚ ਹੈ ਕਿ ਜੇ 30 ਬੱਚੇ ਬੈਠੇ ਐ ਤੇ 10 ਸਾਡਾ ਸਟਾਫ ਹੈ। ਅਸੀਂ 40-50 ਬੰਦੇ ਹੁੰਦੇ ਆ ਹਰ ਵੇਲੇ ਪਰ ਅਸੀਂ ਇੰਨੀਆਂ ਖੁੱਲ ਕੇ ਗੱਲਾਂ ਕਰਦੇ ਆ ਕਿ ਕੋਈ ਜੇ ਕੋਈ ਬਾਹਰ ਸੁਣੇ ਤੇ ਉਹ ਕਹੇ ਜੀ ਇਹ ਇਹ ਕੀ ਗੱਲਾਂ ਕਰਦੇ ਪਏ ਆਪਣੇ ਬਾਰੇ ਇਹ ਗੱਲਾਂ ਵੀ ਕੋਈ ਕਰ ਸਕਦਾ ਹੈ। ਪਰ ਕਿਉਂਕਿ ਉੱਥੇ ਜਾ ਕੇ ਜਿਹੜੇ ਗਾਰਡਸ ਡਾਊਨ ਹੁੰਦੇ ਨੇ ਨਾ ਕਿ ਮੈਂ ਲੋਕਾਂ ਸਾਹਮਣੇ ਵਧੀਆ ਬਣ ਕੇ ਦਿਖਾਵਾਂ ਉੱਥੇ ਕਿਸੇ ਨੂੰ ਇਹ ਚਾਅ ਨਹੀਂ ਹੁੰਦਾ ਕਿ ਮੈਂ ਲੱਗਾ ਕਿ ਮੈਂ ਕੋਈ ਬ੍ਰਾਂਡਡ ਆ ਮੈਂ ਕੋਈ ਅਮੀਰ ਆ ਮੈਂ ਕੋ ਬਹੁਤ ਪੜਿਆ ਲਿਖਿਆ ਮੈਂ ਕੋਈ ਬਹੁਤ 골ਡ ਮੈਡਲ ਮਿਲੇ ਆ ਮੇਰੇ ਕੋ ਇੰਨਾ ਪੈਸਾ ਇਹ ਚੀਜ਼ਾਂ ਉੱਥੇ ਜਾ ਕੇ ਜ਼ੀਰੋ ਹੋ ਜਾਂਦੀਆਂ ਕਿਉਂਕਿ ਉਹ ਰਿਕੁਆਇਰਮੈਂਟ ਹੈ ਸਾਡੇ ਇਸ ਬਿਮਾਰੀ ਦੇ ਇਲਾਜ ਵਾਸਤੇ ਜਿੰਨੀ ਦੇਰ ਤੱਕ ਉਹ ਚੀਜ਼ਾਂ ਨਹੀਂ ਨੱਥ ਲਿਆਣਗੀਆਂ ਉਨੀ ਦੇਰ ਸਾਡਾ ਇਲਾਜ ਹੀ ਨਹੀਂ ਸ਼ੁਰੂ ਹੋਏਗਾ ਫਰ ਉੱਥੇ ਬੈਠ ਕੇ ਜਦੋਂ ਇੱਕ ਬੰਦਾ ਗੱਲ ਕਰਦਾ ਕਿ ਮੈਂ ਆਪਣੇ ਬਾਰੇ ਗੱਲ ਕੀਤੀ ਤੇ ਉਹਨੂੰ ਇੱਜ਼ਤ ਮਿਲਦੀ ਹੈ ਨਾ ਫਿਰ ਦੂਜਾ ਕਹਿੰਦਾ ਯਾਰ ਮੇਰੇ ਨਾਲ ਵੀ ਇਸ ਤਰ੍ਹਾਂ ਹੋਇਆ ਸੀ ਤੀਸਰਾ ਕਹਿੰਦਾ ਮੇਰੇ ਨਾਲ ਵੀ ਇਸ ਤਰ੍ਹਾਂ ਦਾ ਕੁਝ ਹੋਇਆ ਸੀ ਇਹ ਜਿਹੜਾ ਸਭ ਨਾਲ ਗੱਲ ਕੀਤੀ ਮੇਰਾ ਮੇਰੇ ਨਾਲ ਡਾਕਟਰ ਸਾਹਿਬ ਸਭ ਕੁਝ ਹੋਇਆ ਹੋਇਆ ਹੋਂਚੂ ਦੇ ਕੋਣਾਂ ਕਿ ਉਹਦੀ ਕੀ ਕਿਹੜੀ ਚੀਜ਼ ਦੀ ਹੀਲਿੰਗ ਸ਼ੁਰੂ ਹੋਗੀ ਨਾ ਉਸ ਵੇਲੇ ਇਲਾਜ ਸ਼ੁਰੂ ਹੋ ਗਿਆ ਕਿਉਂਕਿ ਉਹਦੀ ਹੀਲਿੰਗ ਸ਼ੁਰੂ ਹੋ ਗਈ ਇਹ ਜਿਹੜਾ ਅੰਦਰੋਂ ਉਹਨੇ ਲੁਕਾ ਕੇ ਰੱਖੀ ਸੀ ਗੱਲ ਜਿਹੜੀ ਉਹ ਸ਼ਰਮਿੰਦਾ ਸੀ ਜਿਸ ਚੀਜ਼ ਪਿੱਛੇ ਉਹਨੇ ਆ ਕੇ ਦੇਖਿਆ ਕਿ ਤੇ ਸਾਰਿਆਂ ਦੇ ਅੰਦਰ ਹੀ ਇਹੋ ਜਿਹਾ ਕੰ ਮੈਂ ਇਕੱਲਾ ਤਾਂ ਨਹੀਂ ਦੁਨੀਆ 'ਚ ਹੈਗਾ ਜਿਹਦੇ ਨਾਲ ਇਹ ਹੋਇਆ ਫਿਰ ਅਸੀਂ ਉਹਨਾਂ ਨੂੰ ਸਮਝਾਉਂਦੇ ਵੀ ਆ ਕਿ ਤੁਸੀਂ ਯੂ ਆਰ ਦਾ ਬੈਸਟ ਪੀਪਲ ਇਨ ਦਾ ਵਰਲਡ ਤੁਸੀਂ ਸਭ ਤੋਂ ਅਨਮੋਲ ਹੋ ਉਹ ਵੱਖਰੀ ਗੱਲ ਹੈ ਕਿ ਬਿਮਾਰੀ ਮਾੜੀ ਲੱਗ ਜੇ ਤੇ ਬੰਦਾ ਥੋੜੀ ਮਾੜਾ ਹੋ ਜਾਂਦਾ ਫਿਰ ਅਸੀਂ ਉਹਨਾਂ ਨੂੰ ਇਸ ਤਰੀਕੇ ਨਾਲ ਐਕਸੈਪਟ ਕਰਾਣੇ ਆ ਫਿਰ ਅਸੀਂ ਉਹਨਾਂ ਨੂੰ ਇਹ ਵੀ ਸਮਝਾਣੇ ਆ ਕੱਲ ਪਰਸੋਂ ਦੀ ਮੀਟਿੰਗ ਸੀ ਕਿ ਸਭ ਤੋਂ ਪਹਿਲੀ ਜਿਹੜੀ ਰਿਸਪੈਕਟ ਕਰਨੀ ਨੂੰ ਆਪਣੀ ਕਰੋ ਉਹਨਾਂ ਨੂੰ ਇਹ ਲੱਗਦਾ ਕਿ ਰਿਸਪੈਕਟ ਕਿਉਂ ਕਰੀਏ ਵੀ ਅਸੀਂ ਤੇ ਇੰਨੇ ਇਹੋ ਜੇ ਕੰਮ ਕਰਕੇ ਆਏ ਆ ਰਿਸਪੈਕਟ ਤੇ ਬਣਦੀ ਨਹੀਂ ਹੈ ਫਿਰ ਅਸੀਂ ਉਹਨਾਂ ਨੂੰ ਸਮਝਾਣੇ ਹੈ ਕਿ ਜਦੋਂ ਤੁਸੀਂ ਕੋਈ ਇਨਸਾਨ ਤੁਹਾਡੇ ਨਾਲ ਕੋਈ ਹੁੰਦਾ ਉਹਦੇ ਨਾਲ ਜਦੋਂ ਕੁਝ ਹੋ ਰਿਹਾ ਹੁੰਦਾ ਤੁਸੀਂ ਉਹਨੂੰ ਸੜਕ ਵੀ ਪਾਰ ਕਰਾਉਂਦੇ ਹੋ ਤੁਸੀਂ ਉਹਦੀ ਮਨਮ ਪੱਟੀ ਵੀ ਕਰਾਉਂਦੇ ਹੋ ਕਿਸੇ ਕੋਲ ਪੈਸੇ ਨਹੀਂ ਹੁੰਦੇ ਤੁਸੀਂ ਉਹਨੂੰ ਪੈਸੇ ਵੀ ਦਿੰਦੇ ਹੋ ਆਪਣੇ ਪੈਸੇ ਕੱਢ-ਕੱਢ ਕੇ ਦਿੰਦੇ ਤੁਸੀਂ ਇੰਨੇ ਲੋਕਾਂ ਦੀ ਮਦਦ ਕਰਦੇ ਹੋ ਹੁਣ ਇਸ ਟਾਈਮ ਤੇ ਲੋੜ ਹੈਗੀ ਹੈ ਕਿ ਜਿਸ ਤਰ੍ਹਾਂ ਤੁਸੀਂ ਲੋਕਾਂ ਦੀ ਮਦਦ ਕਰਦੇ ਹੋ ਨਾ ਉਸ ਤਰ੍ਹਾਂ ਆਪਣੀ ਕਰੋ ਜਿਸ ਤਰ੍ਹਾਂ ਤੁਸੀਂ ਲੋਕਾਂ ਦੀ ਰਿਸਪੈਕਟ ਕਰਦੇ ਹੋ ਨਾ ਉਹ ਜੀ ਆਪਣੀ ਕਰੋ ਫਿਰ ਇੱਕ ਟਾਈਮ ਆਂਦਾ ਜਦੋਂ ਸਾਡੇ ਪੇਸ਼ੈਂਟ ਆਪਣੀ ਰਿਸਪੈਕਟ ਕਰਨੀ ਸ਼ੁਰੂ ਕਰ ਦਿੰਦੇ ਆ। ਸ਼ਰਮ ਤੋਂ ਅਲੱਗ ਹੋ ਕੇ ਆਪਣੀ ਰਿਸਪੈਕਟ ਕਰਨੀ ਸ਼ੁਰੂ ਕਰਤਾ, ਆਪਣਾ ਰਿਗਾਰਡ ਕਰਨਾ ਸ਼ੁਰੂ ਕਰਤਾ। ਹੁਣੇ ਪੇਸ਼ੈਂਟ ਆਪਣਾ ਨੁਕਸਾਨ ਕਰਨ ਤੋਂ ਦੂਰ ਹੋਈ ਜਾ ਰਹੀ ਹੈ। ਹਣ ਜਿੰਨਾ ਸਾਡਾ ਪੇਸ਼ੈਂਟ ਨੁਕਸਾਨ ਕਰਨ ਤੋਂ ਆਪਣੀ ਬ੍ਰੇਨ ਹੀ ਨੁਕਸਾਨ ਕਰਦਾ ਨਾ ਸਾਡਾ। ਤੋ ਆਪਣੇ ਬ੍ਰੇਨ ਨੂੰ ਸਮਝ ਰਿਹਾ ਕਿ ਆ ਮੇਰਾ ਦਿਮਾਗ ਹੈ ਜਿਹਦੇ ਅੰਦਰ ਇਹੋ ਜੀ ਚੀਜ਼ ਹੈ ਜਿਹੜੀ ਕਿ ਮੇਰੀ 20 ਸਾਲਾਂ ਤੋਂ ਬੈਠੀ ਹੈ ਜਿਹੜਾ ਮੇਰਾ ਨੁਕਸਾਨ ਕਰ ਰਹੀ ਹੈ। ਉਨੇ ਆਇਡੈਂਟੀਫਾਈ ਕਰ ਲਿਆ ਉਹਨੇ ਆਪਣੇ ਆਪ ਨੂੰ ਡਿਟੈਚ ਕਰ ਲਿਆ ਹੁਣ ਉਹਨੇ ਕੀ ਰਸਤਾ ਬਣਾ ਦਿੱਤਾ ਕਿ ਤੁਸੀਂ ਇਹਦਾ ਇਲਾਜ ਕਰ ਸਕਦੇ ਆ ਫਿਰ ਤੁਸੀਂ ਉਹਨੂੰ ਉਸ ਨਜ਼ਰੀਏ ਨਾਲ ਦੇਖਦੇ ਹੋ ਵੀ ਬਿਮਾਰ ਦਾ ਵੀ ਕਸੂਰ ਕੋਈ ਨਹੀਂ ਇਹ ਜਿਹੜਾ ਬਿਮਾਰ ਦਿਮਾਗ ਹੈ ਨਾ ਕਸੂਰ ਇਹਦਾ ਵੀ ਕੋਈ ਨਹੀਂ ਇਹਨੂੰ ਇਲਾਜ ਦੀ ਲੋੜ ਹੈ ਕਿਉਂਕਿ ਮਾਈਂਡ ਜਿਹੜਾ ਹੈਗਾ ਉਹ ਆਪਣੇ ਹੀ ਆਪਣੇ ਕਿਤੇ ਲੱਗਾ ਹੁੰਦਾ ਲੋਕੀਓ ਨੂੰ ਕਹਿੰਦੇ ਤੂੰ ਇਹ ਕਰਦਾ ਉਹ ਕਹਿੰਦਾ ਯਾਰ ਮੈਂ ਤਾਂ ਨਹੀਂ ਕਰਦਾ ਪਰ ਉਹਨੂੰ ਇਹ ਨਹੀਂ ਪਤਾ ਵੀ ਕੌਣ ਕਰਦਾ ਕੌਣ ਪਿਆ ਤੁਸੀਂ ਮੈਨੂੰ ਕਹੋ ਕਿ ਮੈਂ ਝੂਠ ਬੋਲਿਆ ਮੈਂ ਕਹਾਂਗਾ ਜੀ ਮੈਂ ਨਹੀਂ ਝੂਠ ਬੋਲਿਆ ਇਹ ਕੌਣ ਕਹਿ ਰਿਹਾ ਮੇਰਾ ਮਾਈਂਡ ਪਰ ਮਾਈਂਡ ਨੂੰ ਇਹ ਨਹੀਂ ਪਤਾ ਕਿ ਮੈਂ ਜਿਹੜਾ ਝੂਠ ਬੋਲਦਾ ਪਿਆ ਨਾ ਜਿਹੜਾ ਇਹ ਕਹਿੰਦੇ ਆ ਜਿਹੜੀ ਮਿਰਤੇ ਇਲਜ਼ਾਮ ਲਾ ਰਿਹਾ ਅਸਲ 'ਚ ਮੇਰਾ ਬ੍ਰੇਨ ਹੈ ਜਿਹੜਾ ਕਿ ਬਿਮਾਰ ਹੈ ਜਿਸਨੇ ਕਿ ਸਿੱਖਿਆ ਝੂਠ ਬੋਲਣਾ ਉਹ ਫਸਿਆ ਹੋਇਆ ਸੀਗਾ ਜਾਂ ਕਿਸੇ ਕਾਰਨ ਕਰਕੇ ਉਹਨੇ ਝੂਠ ਬੋਲਣਾ ਸ਼ੁਰੂ ਕੀਤਾ ਹੁਣ ਉਹ ਬੇ ਬ੍ਰੇਨ ਕੋਈ ਉੱਤੇ ਬਲੇਮ ਨਹੀਂ ਕਰ ਰਿਹਾ ਕਹਿੰਦਾ ਕਿ ਉਹਨੇ ਵੀ ਸਿੱਖ ਲਿਆ ਉਹ ਫਿਰ ਮਾਈਂਡ ਜਿਹੜਾ ਜਦੋਂ ਅਸੀਂ ਉਹਨੂੰ ਸਟਰੋਂਗ ਕਰਦੇ ਆ ਨਾ ਤੇ ਉਹ ਫਿਰ ਬ੍ਰੇਨ ਦੀ ਮਦਦ ਕਰਦਾ ਹੈ ਉਹਨੂੰ ਠੀਕ ਹੋਣ ਦੇ ਵਿੱਚ ਫਿਰ ਮਾਈਂਡ ਦੇ ਥਰੂ ਅਸੀਂ ਟ੍ਰੀਟਮੈਂਟ ਕਰਕੇ ਬ੍ਰੇਨ ਤੱਕ ਪਹੁੰਚਦੇ ਆ ਤੇ ਬ੍ਰੇਨ ਦੀ ਬਿਮਾਰੀ ਨੂੰ ਹੌਲੀ ਹੌਲੀ ਕਰਕੇ ਘਟਾਉਣ ਦੀ ਕੋਸ਼ਿਸ਼ ਕਰਦੇ ਆ ਸੋ ਹੁਣ ਮਾਈਂਡ ਕਹਿੰਦਾ ਜੇ ਬ੍ਰੇਨ ਕਹਿੰਦਾ ਵੀ ਹੈ ਨਾ ਪੇਜ ਛੱਡ ਦੇ ਮੀਟਿੰਗ ਉੱਠ ਕੇ ਚਲੇ ਜਾ ਤੈਨੂੰ ਕਾੜੀ ਪੈਂਦੀ ਪਈ ਹੈ ਮਾਈਂਡ ਉਹਨੂੰ ਕਹਿੰਦਾ ਥੋੜੀ ਦਿਰ ਬੈਠ ਜਾ ਕੋਈ ਨਹੀਂ 10 ਮਿੰਟ ਹੋਰ ਬੈਠ ਜਾ 15 ਮਿੰਟ ਹੋਰ ਬੈਠ ਜਾ ਆ ਕੰਮ ਦੀ ਗੱਲ ਹੋਣ ਦੀ ਹੈ ਸੁਣ ਲੈ ਧਿਆਨ ਨਾਲ ਯਾ ਮਤਲਬ ਹੈ ਕਿ ਮਾਈਂਡ ਤੇ ਬ੍ਰੇਨ ਦੀ ਆਪਸ ਦੇ ਵਿੱਚ ਕੋਈ ਦੋਸਤੀ ਹੋਣੀ ਸ਼ੁਰੂ ਹੋ ਗਈ। ਮਾਈਂਡ ਵੀ ਕੋਈ ਹਿੰਮਤ ਕਰ ਲਈ ਉਹਨੇ ਕਰਜ ਇਕੱਠੀ ਕਰ ਲਈ ਜਿਹੜੇ ਬ੍ਰੇਨ ਨੂੰ ਕਹਿ ਸਕਦਾ ਵੀ ਠਹਿਰ ਜਾ। ਪਿਆਸ ਲੱਗੀ ਤੇ ਕੋਈ ਗੱਲ ਨਹੀਂ। ਐ ਡਾਕਟਰ ਸਾਹਿਬ ਨੇ 10 ਮਿੰਟ ਬਾਅਦ ਚੱਲ ਜਾਣਾ ਫਿਰ ਪਾਣੀ ਪੀ ਲਾਂਗੇ। ਮਤਲਬ ਹਰ ਚੀਜ਼ ਦੇ ਵਿੱਚ ਨਾ ਤੁਸੀਂ ਦੇਖੋ ਐਨੀ ਕੋਆਰਡੀਨੇਸ਼ਨ ਬਣ ਜਾਂਦੀ ਹੈ। ਐਂਡ ਸਾਰਾ ਦਾ ਸਾਰਾ ਇਲਾਜ ਇਸੇ ਚੀਜ਼ ਦੇ ਉੱਪਰ ਖੜਾ ਹੈਗਾ। ਦੇਖੋ ਬਹੁਤ ਔਖੀ ਚੀਜ਼ ਹੈ। ਸੌਖੀਆਂ ਗੱਲਾਂ ਹੈਗੀਆਂ। ਐਨੀ ਔਖੀਆਂ ਨਹੀਂ ਹੈਗੀਆਂ ਜਿੰਨੀਆਂ ਆਪਾਂ ਬਣਾ ਕੇ ਬੈਠੇ ਹਾਂ। ਤੇ ਜਿਹੜੀਆਂ ਅਸੀਂ ਔਖੀਆਂ ਬਣਾਈਆਂ ਉਹ ਇਸ ਕਰਕੇ ਬਣਾਈਆਂ ਕਿ ਅਸੀਂ ਆਪਣਾ ਤਰੀਕਾ ਨਹੀਂ ਠੀਕ ਵਰਤਣ ਦੇ ਅਸੀਂ ਸਿਰਫ ਆਪਣੀ ਵਿਲ ਪਾਵਰ ਤੇ ਆਪਣੇ ਤੁੱਕੇ ਲਗਾਈ ਜਾਂਦੇ ਆ ਕੋਈ ਨਹੀਂ ਜਦੋਂ ਆਏਗਾ ਦੇਖ ਲਾਂਗੇ ਕਰ ਲਾਂਗੇ ਕੋਈ ਨਹੀਂ ਮੈਂ ਕਰ ਹੀ ਲੈਣਾ ਮੈਂ ਆਪੇ ਕਰ ਲੂੰਗੀ ਠੀਕ ਇਹਨੂੰ ਮੈਂ ਆਪੇ ਲੈ ਜਾ ਕੇ ਇਹਨੂੰ ਸਿੱਧਾ ਕਰ ਲੂੰਗੀ ਇਹ ਇਹ ਜਿਹੜੇ ਅਤੀਤ ਤੁੱਕੇ ਹਨ ਹਮੇਸ਼ਾ ਚੀਜ਼ਾਂ ਜਿਹੜੀਆਂ ਹਨ ਉਹ ਸਾਇੰਟੀਫਿਕਲੀ ਐਂਡ ਪ੍ਰਿੰਸੀਪਲ ਬੇਸਡ ਹੋਣੀਆਂ ਚਾਹੀਦੀਆਂ